ਹਾਂਜੀ ਸਤਿ ਸ੍ਰੀ ਅਕਾਲ ਜੀ ਦੋਸਤੋ ਆਪ ਸਭ ਦਾ ਸਵਾਗਤ ਕੀਤਾ ਜਾਂਦਾ ਹੈ ਸਾਡੇ ਚੈਨਲ ਪੰਜਾਬੀ ਕਲਾਸਟਰੀ ਵਿੱਚ ਅੱਜ ਦੀ ਇੱਕ ਹੋਰ ਨਵੀਂ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਜੀਆਂ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਲੈ ਕੇ ਤੇ ਸੀਬੀਐਸਸੀ ਬੋਰਡ ਨੂੰ ਲੈ ਕੇ ਅੱਜ ਦੀ ਇੱਕ ਹੋਰ ਨਵੀਂ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਸਕੂਲਾਂ ਨੂੰ ਇੱਕ ਤਰੀਕ ਤੱਕ ਖੋਲਣ ਜੇ ਬੱਚੋ ਪੜਾਈ ਮੇ ਆ ਰਹੇ ਹਨ ਡਾਊਟ ਸੋਲਵ ਨਹੀਂ ਹੋ ਪਾਰਾ ਘਬਰਾਓ ਮਤ ਇਸਕਾ ਸੋਲੂਸ਼ਨ ਹੈ ਡਾਊਨਰ ਟੈਬ ਜਿਸ ਵੀ ਸਵਾਲ ਮੇ ਡਾਊਟ ਹੋ ਉਸਕੀ ਫੋਟੋ ਕੀਚੋ ਕ੍ਰੋਪ ਕਰੋ ਔਰ 5 ਸੈਕਿੰਡ ਮੇ ਆਪਕੋ ਉਸਕਾ ਸੋਲੂਸ਼ਨ ਮਿਲ ਜਾਏਗਾ ਬੋ ਵੀ ਬਿਲਕ यानी अब पूछिए अपने अनलिमिटेड सवाल कहीं भी कभी भी अब चाहे आपका सवाल सटी से बारहवीं आई आई टी जेई नीट का हो या फिर सी बी एस ई यूपी बिहार राजस्थान या अन्य स्टेट्स का हो कोई भी सब्जेक्ट हो फिजिक्स केमिस्ट्री मैथ बायोलॉजी साइंस आपको सभी सवालों के जवाब आपको मिलेंगे सिर्फ डाउननेट ऐप पर साथ ही चल रही है डाउननेट ऐप पर क्लास नौवीं से बारहवीं आई आई टी जे नीट के बच्चों के लिए ऑनलाइन क्लासेज जिसका हिस्सा बनकर बच्चे लेकर आए हैं फर्स्ट रैंक ਤੋ ਧੇਰ ਕਿਸ ਬਾਤ ਕੀ ਅਭੀ ਜਾਈਏ ਔਰ ਡਾਊਨਲੋਡ ਕੀਜੀਏ ਡਾਊਟ ਨਾ ਟੈਪ ਲਿੰਕ ਇਨ ਡਿਸਕ੍ਰਿਪਸ਼ਨ ਖੇਤਰੀ ਤੱਕਰ ਬੰਦ ਕਰਨ ਦੀ ਅੱਜ ਦੀ ਇੱਕ ਵੱਡੀ ਖ਼ਬਰ ਨਿਕਲ ਕੇ ਸਾਹਮਣੇ ਆਈ ਹੈ ਆਓ ਤੁਹਾਨੂੰ ਪੂਰੀ ਖ਼ਬਰ ਅੱਗੇ ਵੀਡੀਓ ਵਿੱਚ ਦੱਸਦੇ ਹਾਂ ਡਿਟੇਲ ਵਿੱਚ ਦੱਸਦੇ ਹਾਂ ਕਿ ਜਿਹੜੇ ਸਕੂਲ ਨੇ ਇੱਕ ਤਰੀਕ ਤੱਕ ਖੋਲਣਗੇ ਜਾਂ ਖੇਤਰੀ ਤੱਕਰ ਬੰਦ ਕਰ ਦਿੱਤੇ ਗਏ ਹਨ ਉਹ ਤੁਹਾਨੂੰ ਪੂਰੀ ਖ਼ਬਰ ਅੱਗੇ ਡਿਟੇਲ ਵਿੱਚ ਦੱਸਦੇ ਹਾਂ ਅਤੇ ਜਿਹੜੇ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਨੇ ਉਹਨਾਂ ਨੂੰ ਰਿਕਵੈਸਟ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਅਤੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਤਾਂ ਹੀ ਤੁਹਾਨੂੰ ਪੂਰੀ ਅ ਆਉ ਬਦਦੀਆਂ ਖਬਰਾਂ ਵੱਲ ਕਵਰ ਕੁਝ ਇਸ ਤਰ੍ਹਾਂ ਹੈ ਹਾਂਜੀ ਸਟੂਡੈਂਟਸ ਅਸੀਂ ਤੁਹਾਨੂੰ ਇਸ ਵੀਡੀਓ ਵਿੱਚ ਸਭ ਕੁਝ ਦੱਸਾਂਗੇ ਸਕੂਲ ਕਿੰਨੀ ਦਿਨ ਤੱਕ ਬੰਦ ਰਹਿਣੇ ਹਨ ਕਿੰਨੀ ਦਿਨ ਤੱਕ ਖੁੱਲਣਗੇ ਸਭ ਕੁਝ ਦੱਸਾਂਗੇ ਤਾਂ ਵੀਡੀਓ ਨੂੰ ਜਰੂਰ ਦੇਖੋ ਅੰਤ ਤੱਕ ਜਰੂਰ ਦੇਖੋ ਸਕੂਲ ক্লোਜ਼ਡ 6 ਫਰਵਰੀ ਤੱਕ ਬੰਦ ਰਹਿਣਗੇ ਸਾਰੇ ਸਕੂਲ ਤੇ ਕਾਲਜ ਜਾਰੀ ਰਹਿਣਗੀਆਂ ਆਨਲਾਈਨ ਕਲਾਸਾਂ ਜੀ ਹਾਂ ਇਹ ਅਪਡੇਟ ਆਈ ਹੈਗੀ ਜਿਹੜੇ ਸਕੂਲਾਂ ਨੇ ਉਹ ਸੇਫ ਅਪਰੀ ਤੱਕ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈਗਾ ਜਾਰੀ ਰਹਿਣਗੀਆਂ ਆਨਲਾਈਨ ਕਲਾਸਾਂ ਜੀ ਉਹਨਾਂ ਨੇ ਨਾਲ ਨਾਲ ਇਹ ਵੀ ਦੱਸਿਆ ਜਿਹੜੀਆਂ ਕਲਾਸਾਂ ਸੀਗੀਆਂ ਉਹ ਜਿਸ ਤਰ੍ਹਾਂ ਪਹਿਲਾਂ ਚੱਲਦੀਆਂ ਸੀਗੀਆਂ ਆਨਲਾਈਨ ਉਸ ਤਰ੍ਹਾਂ ਹੀ ਚੱਲਣਗੀਆਂ ਇਸ ਦੇ ਨਾਲ ਨਾਲ ਇੱਕ ਹੋਰ ਆਈ ਹੈ ਕਵਰ ਉੱਤਰ ਪ੍ਰਦੇਸ਼ ਵਿੱਚ ਕੋਵਿਡ-19 ਇਨਫੈਕਸ਼ਨ ਦੇ ਵਾਧੇ ਮੱਦੇ ਨਜ਼ਰ ਦੇਖਦੇ ਹੋਏ ਵਿਭਾਗ ਵੱਲੋਂ ਸਕੂਲ ਕਾਲਜ ਸੇਫ ਅਪਰੀ ਤੱਕ ਬੰਦ ਰਹਿਣ ਲਈ ਦੇ ਹੁਕਮ ਦੇ ਦਿੱਤੇ ਹਨ ਅਵਦੀਨ ਮੁਕ 76 ਅਵਿਨ ਵੱਲੋਂ ਯਾਰੀ ਕੀਤੇ ਗਏ ਹਨ ਇਹ ਪੱਤਰ ਜੀਆਂ ਤੁਹਾਨੂੰ ਅਸੀਂ ਅੱਗੇ ਵੀ ਦੱਸ ਦਿਆਂਗੇ ਜਿਹੜੇ ਪੰਜਾਬ ਵਿੱਚ ਸਕੂਲ ਨੇਗੇ ਉਹ ਇੱਕ ਤਰੀਕੇ ਖੁੱਲਣਗੇ ਜਾਂ ਕਿਸੇ ਤਰੀਕੇ ਬੰਦ ਰਹਿਣਗੇ ਤੁਹਾਨੂੰ ਦੱਸਦੇ ਜਿਹੜੀ ਇਹ ਖਬਰ ਆਈਏਗੀ ਉੱਤਰ ਪ੍ਰਦੇਸ਼ ਦੀ ਆਈਏਗੀ ਉੱਤਰ ਪ੍ਰਦੇਸ਼ ਦਾ ਕਿਸੇ ਤੱਕਰ ਬੰਦ ਕਰ ਦਿੱਤੇਗੇ ਹਨ ਅਤੇ ਨਾਲ ਦੀਆਂ ਦੇਖੀਏ ਪੰਜਾਬ ਵਿੱਚ ਗੱਲ ਕਰੀਏ ਜਿਹੜੇ ਕਰੋਨਾ ਦੇ ਕੇਸ ਨੇ ਉਹ ਹੁਣ ਘਟ ਰਹੇ ਨੇਗੇ ਸਰਕਾਰ ਇਸ ਦੇ ਦੇਖਦੇ ਹੋਏ ਹਰ ਰੋਜ਼ ਨਵੇਂ-ਨਵੇਂ ਅਪਡੇਟ ਜਾਰੀ ਕਰ ਰਹੀ ਹੈ ਜਿਹੜੇ ਵਿਦਿਆਰਥੀ 10ਵੀਂ ਤੋਂ ਲੈ ਕੇ 12ਵੀਂ ਕਲਾਸ ਦੇ ਨੇ ਉਹਨਾਂ ਨੂੰ ਟੀਕਾ ਕਨਫਰਮਸਰੀ ਕਰ ਦਿੱਤਾ ਗਿਆ ਜਿਹੜੇ ਵੈਕਸੀਨਾਂ ਕੀ ਉਹ 10ਵੀਂ ਤੋਂ ਲੈ ਕੇ 12ਵੀਂ ਤੱਕ ਦੇ ਵਿਦਿਆਰਥੀਆਂ ਨੂੰ ਲਾਜ਼ਮੀ ਕਰ ਦਿੱਤੀ ਹੈਗੀ ਅਤੇ ਜਿਹੜੇ ਵਿਦਿਆਰਥੀ ਫਸਟ ਜੋ ਡੋਜ਼ ਲਵਾ ਲਈ ਉਹਨਾਂ ਵਾਸਤੇ ਇੱਕ ਤਰੀਕ ਤੋਂ ਖੋਲਣਗੇ ਸਕੂਲ ਜਿញਾਂ ਇਹ ਅਪਡੇਟ ਆਈ ਜਾਏਗੀ ਜਿਹੜੇ ਵਿਦਿਆਰਥੀਆਂ ਨੇ ਇੱਕ ਡੋਜ਼ ਲਗਾ ਲਈ ਜਾਂ ਦੋ ਡੋਜ਼ ਲਵਾ ਲਈ ਕਰੋਨਾ ਟੀਕਾ ਦੀ ਤਾਂ ਉਹਨਾਂ ਦੇ ਸਕੂਲ ਇੱਕ ਤਰੀਕ ਤੋਂ ਲੱਗ ਜਾਣਗੇ ਤੇ ਉਹ ਜਾ ਸਕਣਗੇ ਸਕੂਲ ਇੱਕ ਤਰੀਕ ਤੋਂ ਠੀਕ ਹੈ ਸਟੂਡੈਂਟਸ ਜਿਨ੍ਹਾਂ ਨੇ ਲਵਾਈ ਨਹੀਂ ਉਹ ਨਹੀਂ ਜਾਣਗੇ ਉਹਨਾਂ ਨੂੰ ਐਂਟਰ ਨਹੀਂ ਕਰਨ ਦਿੱਤਾ ਜਾਵੇਗਾ ਜਿਹੜੇ ਸਟੂਡੈਂਟਸ ਜੋ ਸਟੂਡੈਂਟਸ ਨੇ ਟੀਕਾ ਵੈਕਸੀਨ ਲਵਾ ਲਈ ਉਹਨਾਂ ਨੂੰ ਇੱਕ ਤਰੀਕ ਤੋਂ ਸਕੂਲ ਵਿੱਚ ਐਂਟਰ ਕਰਨ ਦਿੱਤਾ ਜਾਵੇਗਾ ਤੇ ਆਪਾਂ ਗੱਲ ਕਰੀਏ ਜਿਹੜੇ ਬਾਕੀ ਕਲਾਸਾਂ ਰਹਿ ਗਈਆਂ 10th ਤੋਂ ਨੀਚੇ ਰਹਿ ਗਈਆਂ ਉਹਨਾਂ ਦੀ ਗੱਲ ਕਰੀਏ ਉਹ ਉਹਨਾਂ ਦਾ ਜਿਹੜਾ ਸਕੂਲ ਨੇਗੇ ਉਹ 10 ਤਰੀਕ ਤੱਕ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ ਜਿਹੜੇ ਸਕੂਲ ਨੇਗੇ ਉਹਨਾਂ ਦੇ 10 ਫਰਬੀ ਤੱਕ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ ਜਿਹੜੇ ਉਹਨਾਂ ਦੀਆਂ ਕਲਾਸਾਂ ਨੇ ਉਹ ਉਸੇ ਤਰ੍ਹਾਂ ਹੀ ਰਹਿਣਗੀਆਂ ਜਿਵੇਂ ਪਹਿਲਾਂ ਆਨਲਾਈਨ ਕਲਾਸਾਂ ਚੱਲਦੀਆਂ ਸੀ ਉਸ ਤਰ੍ਹਾਂ ਹੀ ਰਹਿਣਗੀਆਂ 10ਵੀਂ ਤੇ ਹਜੇ ਕੋਈ ਨਵੀਂ ਅਪਡੇਟ ਨਹੀਂ ਆਈ ਠੀਕ ਹੈ ਸਟੂਡੈਂਟਸ ਅੱਜ ਦੀ ਇਹੀ ਅਪਡੇਟ ਸੀ ਤਾਂ ਇਸ ਤਰ੍ਹਾਂ ਦੀਆਂ ਹੋਰਾਂ ਅਪਡੇਟਸ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦੇਣਾ ਅਤੇ ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਕਰ ਦੇਣਾ ਤਾਂ ਕਿ ਉਹਨਾਂ ਦੀ ਵੀ ਹੈਲਪ ਹੋ ਸਕੇ ਠੀਕ ਹੈ ਸਟੂਡੈਂਟਸ ਨਾਲ ਦੇ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਜਿਹੜਾ ਸਾਡਾ ਟੈਲੀਗ੍ਰਾਮ ਗਰੁੱਪ ਆ ਟੈਲੀਗ੍ਰਾਮ ਗਰੁੱਪ ਨੂੰ ਵੀ ਜੁਆਇਨ ਕਰ ਲਓ ਟੈਲੀਗ੍ਰਾਮ ਗਰੁੱਪ ਦਾ ਲਿੰਕ ਤੁਹਾਨੂੰ نیچے ਡਿਸਕ੍ਰਿਪਸ਼ਨ 'ਚ ਮਿਲ ਜੂਗਾ ਉੱਥੇ ਜਾ ਕੇ ਤੁਸੀਂ ਟੈਲੀਗ੍ਰਾਮ ਗਰੁੱਪ ਨੂੰ ਵੀ ਜੁਆਇਨ ਕਰ ਸਕਦੇ ਹੋ ਟੈਲੀਗ੍ਰਾਮ ਗਰੁੱਪ ਤੇ ਵੀ ਤੁਹਾਨੂੰ ਹਰ ਸਮੇਂ ਨਵੀਂ-ਨਵੀਂ ਨੋਟੀਫਿਕੇਸ਼ਨ ਮਿਲਦੀ ਰਹੂਗੀ ਬੋਰਡ ਦੇ ਪੇਪਰਾਂ ਨੂੰ ਲੈ ਕੇ ਤੇ ਹੋਰ ਨੋਟੀਫਿਕੇਸ਼ਨਾਂ ਨੂੰ ਲੈ ਕੇ ਸਭ ਨੋਟੀਫਿਕੇਸ਼ਨ ਤੁਹਾਨੂੰ ਟੈਲੀਗ੍ਰਾਮ ਗਰੁੱਪ ਤੇ ਵੀ ਮਿਲਦੀਆਂ ਰਹਿਣਗੀਆਂ ਜਿਵੇਂ ਇਸ ਚੈਨਲ ਤੇ ਮਿਲਦੀਆਂ ਨਹੀਂਗੀਆਂ ਤਾਂ ਇਸ ਚੈਨਲ ਨੂੰ ਵੀ ਜਰੂਰ ਸ਼ੇਅਰ ਕਰ ਦੇਣਾ ਠੀਕ ਹੈ ਸਟੂਡੈਂਟਸ ਆਓ ਮਿਲ